ਕਾਂਗਰਸ ਦੇ ਟਾਈਮ ਦੇ ਅੰਦਰ 60,000 ਇੰਡਸਟਰੀ ਪੰਜਾਬ 'ਚੋਂ ਮਾਈਗ੍ਰੇਟ ਕਰ ਗਈ। ਹੈਲਥ ਇਸ਼ੂ ਸਭ ਤੋਂ ਜ਼ਰੂਰੀ ਹੈ, ਐਜੂਕੇਸ਼ਨ ਸਭ ਤੋਂ ਜ਼ਰੂਰੀ ਹੈ। ਮਹੱਲਾ ਕਲੀਨਿਕ ਖੋਲ੍ਹੇ, ਸੁਵਿਧਾ ਸੈਂਟਰ ਬੰਦ ਕਰਕੇ। ਇੱਥੇ ਬਿਜਲੀ ਚਾਹੀਦੀ 24 ਘੰਟੇ ਜਿਹੜੀ ਲਗਾਤਾਰ ਆਵੇ। ਦੁੱਧ ਦੀ ਦੁਕਾਨਾਂ ਦੂਰ ਆ ਅਤੇ ਠੇਕੇ ਘਰ ਘਰ ਖੋਲ੍ਹਦੇ ਆ। 1,000 ਰੁਪਇਆ ਬੀਬੀਆਂ ਨੂੰ ਦੇਣ ਦਾ ਵਾਅਦਾ ਕੀਤਾ ਸੀ, ਉਹ ਨਹੀਂ ਦਿੱਤਾ ਗਿਆ। 24 ਦੇ ਚੈਂਪੀਅਨ ਦਾ ਪ੍ਰੋਗਰਾਮ ਲਗਾਤਾਰ ਅਸੀਂ ਲੁਧਿਆਣਾ ਸ਼ਹਿਰ ਵਿੱਚ ਵੱਖ ਵੱਖ ਹਿੱਸਿਆਂ 'ਚ ਕਰ ਰਹੇ ਹਾਂ ਔਰ ਵੱਖ ਵੱਖ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ 24 ਦੇ ਇਲੈਕਸ਼ਨਾਂ ਦੇ ਵਿੱਚ ਕਿਹੜਾ ਚੈਂਪੀਅਨ ਬਣੂਗਾ, ਕਿਸ ਪਾਰਟੀ ਦਾ ਉਮੀਦਵਾਰ ਹੈ ਜਿਹੜਾ ਕਿ ਇਸ ਸੀਟ ਨੂੰ ਹਾਸਿਲ ਕਰ ਪਾਊਗਾ। ਸਰ, ਵਪਾਰੀ ਕੀ ਸੋਚਦਾ ਔਰ ਇਸ ਵੇਲੇ ਦੇ ਚੁਣਾਵ ਦੇ ਵਿੱਚ ਵਪਾਰੀ ਕੀ ਮੁੱਦਿਆਂ ਨੂੰ ਲੈ ਕੇ ਵੋਟ ਕਰੂਗਾ? 55% ਪੰਜਾਬ 'ਚ ਵਪਾਰੀ ਨੇ, ਟ੍ਰੇਡ ਨੇ, ਇੰਡਸਟਰੀ ਨੇ। ਕਾਂਗਰਸ ਦੇ ਟਾਈਮ ਦੇ ਅੰਦਰ 60,000 ਇੰਡਸਟਰੀ ਪੰਜਾਬ 'ਚੋਂ ਮਾਈਗ੍ਰੇਟ ਕਰ ਗਈ। ਅੱਜ 1,00,000 ਇੰਡਸਟਰੀ ਪੰਜਾਬ 'ਚੋਂ ਮਾਈਗ੍ਰੇਟ ਕਰ ਗਈ। ਧਰਨੇ, ਪ੍ਰਦਰਸ਼ਨ, ਮੁਜ਼ਾਹਰੇ, ਅੱਜ ਪੰਜਾਬ ਦੇ ਅੰਦਰ ਕਿਡਨੈਪਿੰਗ, ਲਾਅ ਐਂਡ ਆਰਡਰ, ਪੰਜਾਬ ਦੇ ਅੰਦਰ ਖੋਹਬਾਜ਼ੀਆਂ। ਪੰਜਾਬ ਬਹੁਤ ਦੁਖੀ ਹੋ ਚੁੱਕਾ, ਵਪਾਰੀ ਆਉਣਾ ਬੰਦ ਹੋ ਚੁੱਕਾ, ਅੱਜ ਦੁਕਾਨਦਾਰ ਵਿਹਲੇ ਨੇ, ਬੰਦੇ ਦੀ ਭਾਰੀ ਹਾਲਤ ਹੈ। ਆਮ ਆਦਮੀ ਪਾਰਟੀ ਦੇ ਵੀ ਸਪੋਰਟਰ ਹੈਗੇ ਨੇ, ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਸਰ, ਆਮ ਆਦਮੀ ਪਾਰਟੀ ਦੀ 2.5 ਸਾਲ ਦੀ ਸਰਕਾਰ ਹੋ ਚੱਲੀ ਹੈ ਲਗਭਗ, ਔਰ ਇਸ ਦੇ ਵਿੱਚ ਤੁਸੀਂ 2.5 ਸਾਲ 'ਚ ਕੀਤਾ ਕੀ ਹੈ? ਵਪਾਰੀ ਹਜੇ ਵੀ ਦੁਖੀ ਹੈ। ਦੇਖੋ ਜੀ, 2.5 ਸਾਲ ਦੇ ਵਿੱਚ ਤੁਸੀਂ ਗਰੀਬ ਬੰਦਿਆਂ ਨੂੰ, ਗਰੀਬ ਤਬਕੇ ਨੂੰ ਪੁੱਛੋ ਜਿਨ੍ਹਾਂ ਨੂੰ 600 ਯੂਨਿਟ ਫ੍ਰੀ ਮਿਲ ਰਿਹਾ। ਮੁਹੱਲਾ ਕਲੀਨਿਕ ਸਾਡੀ ਸਰਕਾਰ ਨੇ ਕਿੰਨੇ ਬਣਾਤੇ ਆ? ਤੁਸੀਂ ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਦਾ ਮਹੀਨੇ ਦਾ 2-4 ਹਜ਼ਾਰ 5 ਹਜ਼ਾਰ ਬਿੱਲ ਆ ਰਿਹਾ ਸੀਗਾ, ਜਿਹੜਾ ਨੂੰ ਅੱਜ ਕਿੰਨੀ ਨਿਜਾਤ ਮਿਲ ਗਈ ਆ, ਅਤੇ ਲੋਕਾਂ ਨੂੰ ਮੈਡੀਸਿਨ ਸਾਰਾ ਕੁਝ ਫ੍ਰੀ ਮਿਲ ਰਿਹਾ। ਅਤੇ ਜਿਹੜੇ ਸਾਡੇ ਲੀਡਰ ਆ, ਅਸ਼ੋਕ ਪਰਾਸ਼ਰ ਪੱਪੀ ਜੀ, ਉਹ ਇੱਕ ਜ਼ਮੀਨੀ ਤੌਰ 'ਤੇ ਜੁੜੇ ਹੋਏ ਲੀਡਰ ਆ, ਜਿਹੜੇ ਕਿ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਨ ਵਾਲੇ ਆ। ਸਰ, ਬੀਜੇਪੀ ਦੇ ਜਿਹੜੇ ਹੈਗੇ ਨੇ ਉਮੀਦਵਾਰ ਰਵਨੀਤ ਬਿੱਟੂ, ਉਹ ਲੋਕਲ ਹੈ ਜਾਂ ਬਾਹਰਲੇ ਨੇ? ਕਿਉਂਕਿ ਕਿਹਾ ਜਾਂਦਾ ਕਦੇ ਕਹਿੰਦੇ ਅਨੰਦਪੁਰ ਸਾਹਿਬ ਦੇ ਹੈਗੇ ਨੇ, ਲੁਧਿਆਣੇ ਦੇ ਨਹੀਂ ਹੈਗੇ ਆ, ਲੁਧਿਆਣਾ ਦੇ ਨਾ ਹੋ ਕੇ ਵੀ ਲੁਧਿਆਣਾ ਦਾ ਕਿਸੇ ਦਾ ਫੋਨ ਨਹੀਂ ਚੱਕਦੇ। ਲੁਧਿਆਣੇ ਦੇ ਵਸਤੀਕ ਨੇ MP ਜਿਹੜੇ BJP ਦੇ ਲੜ ਰਹੇ ਆ। ਦੂਜੀ ਗੱਲ, ਜਿਹੜੇ ਚੁਣਾਵ ਹੈ, ਇਹ ਪ੍ਰਧਾਨ ਮੰਤਰੀ ਦਾ ਚੁਣਾਵ ਹੈ। ਨਰਿੰਦਰ ਮੋਦੀ ਜੀ, ਅਸੀਂ ਪ੍ਰਧਾਨ ਮੰਤਰੀ ਦਾ ਚਿਹਰਾ ਦਿੱਤਾ ਹੋਇਆ। ਆਪ ਪਾਰਟੀ ਵਾਲੇ ਮੈਨੂੰ ਦੱਸਣ ਵੀ ਪੰਜਾਬ ਦੇ ਵਿੱਚ ਜੋ ਆਪਣਾ MP ਬਣਾਊਗੇ ਉਹ ਕਿਹਦੀ ਮਦਦ ਕਰ ਰਹੇ ਆ? ਕਾਂਗਰਸ ਦੇ ਰਾਹੁਲ ਗਾਂਧੀ ਨੂੰ MP ਬਣਾ, ਪ੍ਰਾਈਮ ਮਿਨਿਸਟਰ ਬਣਾਉਣ ਲਈ ਕਰ ਰਹੇ ਆ? ਦੂਜੇ ਪਾਸੇ ਕਾਂਗਰਸ ਵਾਲੇ ਜੇ ਇੱਥੇ MP ਜਿਤਾਣਗੇ ਤਾਂ ਕਿਹਨੂੰ ਬਣਾਉਣਗੇ? ਪ੍ਰਧਾਨ ਮੰਤਰੀ ਕੇਜਰੀਵਾਲ ਨੂੰ ਬਣਾਉਣਗੇ, ਕਿਉਂਕਿ ਪੰਜਾਬ ਤੋਂ ਬਾਹਰ ਪੰਜਾਬ ਦਾ ਸੀਮਾ ਜਿੱਥੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਉੱਥੇ ਦੋਨੋਂ ਇਕੱਠੇ ਲੜ ਰਹੇ ਆ। ਦੇਸ਼ ਦੀ ਰਾਜਧਾਨੀ ਦਿੱਲੀ ਹੈ, ਉੱਥੇ ਇਕੱਠੇ ਲੜ ਰਹੇ ਆ। ਇਹ ਪਹਿਲਾਂ ਆਪਣਾ ਏਜੰਡਾ ਤਾਂ ਰੱਖਣ ਵੀ ਹੈ, ਕਿਹਦੇ ਲਈ ਪ੍ਰਾਈਮ ਮਿਨਿਸਟਰ ਦੀ ਗੱਲ? ਕਾਂਗਰਸ ਏਜੰਡਾ ਕਲੀਅਰ ਕਰੇ, ਕਾਂਗਰਸ ਏਜੰਡਾ ਕਲੀਅਰ ਕਰੇ ਜੀ। ਹੈ, ਹਰਿਆਣੇ ਜਾਂਦੇ ਹੋ, ਇਕੱਠੇ ਹੋ ਜਾਂਦੇ ਹੋ, ਪੰਜਾਬ 'ਚ ਆਉਂਦੇ ਹੋ, ਵੱਖ ਵੱਖ ਹੋ ਜਾਂਦੇ ਹੋ। ਕਾਂਗਰਸ ਦਾ ਏਜੰਡਾ ਪਹਿਲਾਂ ਦਾ ਮੁੱਦਾ ਬੇਰੁਜ਼ਗਾਰੀ 'ਤੇ ਹੈ, ਮਹਿੰਗਾਈ 'ਤੇ ਹੈ, ਜਿਹੜਾ ਕਿ ਅੱਜ ਦੀ BJP ਸਰਕਾਰ ਗੱਲ ਕਰ ਰਹੀ ਹੈ। 2014 ਦੇ ਵਿੱਚ ਇਹੀ BJP ਸਰਕਾਰ ਮਹਿੰਗਾਈ ਦੇ ਖਿਲਾਫ ਧਰਨੇ ਲਾਉਂਦੀ ਸੀ। ਸੋ ਮੈਂ ਇੱਕ ਗੱਲ ਦਾ ਵੀ ਜਵਾਬ ਦੇਣਾ ਚਾਹੁੰਦਾ, ਤੁਸੀਂ ਕਹਿੰਦੇ ਰਾਜਾ ਵੜਿੰਗ ਬਾਹਰਲੇ ਨਹੀਂ ਹੈ, ਉਹ ਪੰਜਾਬ ਦੇ ਪ੍ਰਧਾਨ ਨੇ। ਪੰਜਾਬ ਦਾ ਪ੍ਰਧਾਨ ਕਿਤੋਂ ਵੀ ਲੜ ਸਕਦਾ, ਉਹ ਕਿਤੇ ਦਾ ਵੀ ਵਾਸੀ ਬਣ ਸਕਦਾ। ਜਿਹੜੇ ਲੁਧਿਆਣੇ ਦੇ ਮੁੱਦਿਆਂ ਦੀ ਤੁਸੀਂ ਗੱਲ ਕੀਤੀ ਹੈ, ਮੈਂ ਕਿਸੇ ਨੂੰ ਦੂਸ਼ਣਬਾਜ਼ੀ ਨਹੀਂ ਕਰਾਂਗਾ। ਲੁਧਿਆਣੇ ਦੇ ਮੁੱਦਿਆਂ ਦੀ ਗੱਲ ਵਾਕਈ ਗੱਲ ਕੋਈ ਨਹੀਂ ਕਰਦਾ। ਇੱਥੇ ਸਭ ਤੋਂ ਜ਼ਰੂਰੀ ਹੈ ਜਿਹੜੀ ਹੈਲਥ ਇਸ਼ੂ ਸਭ ਤੋਂ ਜ਼ਰੂਰੀ ਹੈ, ਐਜੂਕੇਸ਼ਨ ਸਭ ਤੋਂ ਜ਼ਰੂਰੀ ਹੈ, ਨਾਲਿਆਂ ਦਾ ਕੰਮ ਸਭ ਤੋਂ ਜ਼ਰੂਰੀ ਹੈ, ਇਨਫਰਾਸਟ੍ਰਕਚਰ ਬਹੁਤ ਜ਼ਰੂਰੀ ਹੈ, ਜਿਹੜਾ ਕਿ 7-10 ਸਾਲ ਤੁਹਾਡੀ ਸਰਕਾਰ ਰਹੀ ਹੈ, ਉਸ ਵੇਲੇ ਤੁਹਾਡੇ ਮੁੱਦੇ ਨਜ਼ਰ ਨਹੀਂ ਆਏ? ਸਰ, ਜਿਹੜਾ ਇਨਫਰਾਸਟ੍ਰਕਚਰ ਤੁਸੀਂ 10 ਸਾਲ ਪਹਿਲਾਂ ਚੈੱਕ ਕਰ ਲਓ, ਜਿਹੜਾ ਇਨਫਰਾਸਟ੍ਰਕਚਰ ਅਕਾਲੀ ਦਲ ਕਰ ਗਿਆ ਉਨਾ ਕੀ ਸਟੇਬਲ ਹੈ? ਉਸ ਤੋਂ ਬਾਅਦ ਨਾ ਤਾਂ ਕਾਂਗਰਸ ਨੇ ਕੁਝ ਕੀਤਾ ਅਤੇ ਨਾ ਹੀ ਆਮ ਆਦਮੀ ਪਾਰਟੀ ਕੁਝ ਕਰ ਰਹੀ ਹੈ। ਕਾਂਗਰਸ ਨੇ ਸਰ ਕੁਝ ਨਹੀਂ ਕੀਤਾ, ਕਾਂਗਰਸ ਨੇ 5 ਸਾਲ ਰਾਜ ਕੀਤਾ, ਸਿਰਫ ਕੀਤਾ ਕੁਝ ਨਹੀਂ। ਬਹੁਤ ਕੁਝ ਕੀਤਾ ਜੀ, 3 ਸਾਲ ਦਾ ਪਹਿਲਾਂ ਕਾਂਗਰਸ ਦੇ ਕਰੋਨਾ ਦੇ ਵਿੱਚ ਹੀ ਨਿਕਲ ਗਏ, ਤੁਹਾਨੂੰ ਪਤਾ ਹੀ ਹੁਣ 2019 'ਚ ਕਰੋਨਾ ਕਿੰਨਾ ਆ। ਫਿਰ ਵੀ ਕਾਂਗਰਸ ਸਰਕਾਰ ਨੇ ਜੋ ਆਪਣੇ ਮੰਤਰੀ ਭਾਰਤ ਭੂਸ਼ਣ ਆਸ਼ੂ ਸੀ, ਉਹਨਾਂ ਨੇ ਹਰ ਕਿਤੇ ਜਿੰਨਾ ਵੀ ਆਪਣਾ ਅਨਾਜ ਹੈ ਹਰ ਕਿਤੇ ਪਹੁੰਚਾਇਆ ਆਲ ਓਵਰ ਇੰਡੀਆ ਦੇ ਵਿੱਚ। ਇਸ ਕਰਕੇ ਸਰ ਮੈਂ ਇਹਨਾਂ ਨੂੰ ਜਵਾਬ ਦੇ,
ਨਹੀਂ ਕਿ ਕੋਵਿਡ ਸੀਗਾ ਇਸ ਕਰਕੇ ਕੰਮ ਨਹੀਂ ਕਰ ਪਾਏ। ਇਹ ਤਾਂ ਜੋ ਮਰਜ਼ੀ ਬਹਾਨੇ ਲਗਾ ਲੈਣ। ਅੱਜ ਤੁਸੀਂ ਮੈਡੀਕਲ ਦੀ ਗੱਲ ਕੀਤੀ ਮੇਰੇ ਭਰਾ ਨੇ ਵੀ ਅਸੀਂ ਮੁਹੱਲਾ ਕਲੀਨਿਕ ਖੋਲ੍ਹਦੇ, ਮੁਹੱਲਾ ਕਲੀਨਿਕ ਖੋਲ੍ਹੇ, ਸੁਵਿਧਾ ਸੈਂਟਰ ਬੰਦ ਕਰਕੇ, ਮੁਹੱਲਾ ਕਲੀਨਿਕ ਖੋਲ੍ਹੇ, ਪੰਜਾਬ ਦੀਆਂ ਡਿਸਪੈਂਸਰੀਆਂ ਬੰਦ ਕਰਕੇ। ਅੱਜ ਭਾਰਤੀ ਜਨਤਾ ਪਾਰਟੀ ਨੇ ਨਾਰਾ ਦਿੱਤਾ ਵੀ ਲੁਧਿਆਣੇ ਦੇ ਜੋ ਸਾਡਾ ਐਮ ਪੀ ਬਣੂਗਾ ਸਭ ਤੋਂ ਪਹਿਲਾਂ ਅਸੀਂ ਲੁਧਿਆਣੇ ਏਮਸ ਲੈ ਕੇ ਆਵਾਂਗੇ। ਭਾਰਤੀ ਜਨਤਾ ਪਾਰਟੀ ਆਪਣਾ ਜੋ ਮੈਨੀਫੈਸਟੋ ਦਿੰਦੀ ਹੈ ਉਹਦੇ 'ਤੇ ਲਾਗੂ ਕਰਦੀ ਹੈ। ਜੋ ਵੀ ਅੱਜ ਤੱਕ ਉਹ ਮੈਨੀਫੈਸਟੋ ਦਿੱਤਾ ਉਸਨੂੰ ਹਮੇਸ਼ਾ ਲਾਗੂ ਕੀਤਾ। ਚਾਹੇ ਰਾਸ਼ਟਰੀ ਸਤਰ ਦੀ ਗੱਲ ਕਰੀਏ ਆਪਾਂ, ਧਾਰਾ 370 ਦੀ ਗੱਲ ਕਰੀਏ ਉਹ ਸਾਡੇ ਮੈਨੀਫੈਸਟੋ 'ਚ ਸੀ, ਰਾਮ ਮੰਦਿਰ ਦੀ ਗੱਲ ਕਰੀਏ ਉਹ ਸਾਡੇ ਮੈਨੀਫੈਸਟੋ 'ਚ ਸੀ। ਰਾਮ ਮੰਦਿਰ ਦੀ ਗੱਲ ਕੀਤੀ ਹੈ ਔਰ ਲੱਗਦਾ ਵੈ ਵਪਾਰੀ ਨੂੰ ਰਾਮ ਮੰਦਿਰ ਚਾਹੀਦਾ ਵੈ ਮੈਨੀਫੈਸਟੋ ਦੇ ਵਿੱਚ। ਜਿਹੜੇ ਹੋਰ ਮੁੱਦੇ ਹੈਗੇ ਨੇ, ਸਵਾਸਥ ਸੁਵਿਧਾ ਚਾਹੀਦੀਆਂ ਨੇ ਵਪਾਰੀ ਨੂੰ ਜੀ। ਵਪਾਰੀਆਂ ਦੀ ਤਾਂ ਮੰਗਾਂ ਤਾਂ ਬਹੁਤ ਹੈ, ਸਵਾਸਥ ਦੀ ਮੰਗਾਂ ਵੀ ਹੈ, ਲੇਕਿਨ ਜੇ ਸਭ ਤੋਂ ਵੱਡੀ ਮੰਗ ਹੈ ਵਪਾਰੀਆਂ ਦੀ ਉਹ ਇਹ ਹੈ ਕਿ ਇੱਥੇ ਬਿਜਲੀ ਚਾਹੀਦੀ 24 ਘੰਟੇ ਜਿਹੜੀ ਲਗਾਤਾਰ ਆਵੇ। ਹੁਣ ਜਿੱਦਾਂ ਆਪ ਸਰਕਾਰ ਦੇ ਬੰਦਿਆਂ ਨੇ ਕਿਹਾ ਕਿ 300 ਯੂਨਿਟ ਫ੍ਰੀ ਬਿਜਲੀ ਮਿਲਦੀ ਹੈ ਹਰ ਮਹੀਨੇ ਗਰੀਬ ਬੰਦਿਆਂ ਨੂੰ ਮਿਲਦੀ ਹੈ, ਤਾਂ ਮੈਨੂੰ ਆਹ ਦੱਸੋ PSPCL ਜਿਹੜਾ ਹੈਗਾ ਉਹਨੇ 800 ਕਰੋੜ ਦਾ ਲੋਨ ਕਿਉਂ ਲਿਆ? ਵਪਾਰੀਆਂ ਨੂੰ 24 ਘੰਟੇ ਬਿਜਲੀ ਕਿਉਂ ਨਹੀਂ ਆਉਂਦੀ? ਅਨਅਨਾਊਂਸ ਕੱਟ ਕਿਉਂ ਹੈਗੇ? 50 ਕਿਲੋਵਾਟ ਦਾ ਜਿਹੜਾ ਲੋਡ ਹੈਗਾ ਉਹ 30% 'ਤੇ ਕੰਮ ਕਿਉਂ ਕਰੇ? ਆਪਣੇ ਪੂਰੇ ਲੋਡ 'ਤੇ ਕੰਮ ਕਿਉਂ ਨਾ ਕਰੇ? ਜਿਹੜੇ ਬਾਰਡਰ ਬੰਦ ਕਿਸਾਨਾਂ ਨੇ ਬਾਰਡਰ ਬੰਦ ਕੀਤੇ ਆ ਉਹਦੇ ਕਰਕੇ ਰੋਜ਼ ਸਾਨੂੰ 700 ਕਰੋੜ ਦਾ ਲੋਸ ਹੋ ਰਿਹਾ, ਉਹ ਕਿਉਂ ਅਸੀਂ ਝੇਲੀਏ? ਜਿਹੜਾ ਪਹਿਲਾਂ ਕਿਸਾਨ ਅੰਦੋਲਨ ਹੋਇਆ ਉਸ 'ਚ ਆਪਾਂ 2 ਲੱਖ ਕਰੋੜ ਦਾ ਲੋਸ ਹੋਇਆ, ਮਰਦਾ ਕੌਣ ਐਂਡ 'ਚ? ਵਪਾਰੀ ਮਰ ਰਿਹਾ। ਅਸੀਂ ਵੀ ਵਪਾਰੀ ਹਾਂ, ਸਾਡਾ ਵੀ ਲੋਸ ਹੈ, ਮਗਰ ਇਹਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਭਾਰਤੀ ਜਨਤਾ ਪਾਰਟੀ ਜਿਹੜੀ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਈ ਆ ਉਹਨਾਂ ਕਰਕੇ ਆ। ਭਾਰਤੀ ਜਨਤਾ ਪਾਰਟੀ ਕਰਕੇ ਨੁਕਸਾਨ ਹੋ ਰਿਹਾ ਪੰਜਾਬ ਦਾ, ਭਾਰਤੀ ਜਨਤਾ ਪਾਰਟੀ? ਪੰਜਾਬ ਦੇ ਵਿੱਚ ਇਹਨਾਂ ਨੇ ਵਪਾਰੀਆਂ ਲਈ ਮੈਨੀਫੈਸਟੋ ਦਿੱਤਾ ਸੀ 5 ਰੁਪਏ ਯੂਨਿਟ ਬਿਜਲੀ ਕਰਾਂਗੇ। ਜੇ ਵਪਾਰੀਆਂ ਨੇ ਇਹਨਾਂ ਦੀ ਗੱਲ 'ਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਵੋਟਾਂ ਪਾਲੀਆਂ ਤਾਂ ਉਹ ਗੁਨਾਹ ਕਰਦਾ? ਅੱਜ ਆਰੋਪ ਬਿਜਲੀ ਦਾ ਜਿਹੜਾ ਸਟੇਟ ਦੀ ਗੱਲ ਹੈ ਸੈਂਟਰ ਦੇ ਪਾ ਰਹੇ ਨੇ, ਤੁਸੀਂ ਕਿਉਂ ਨਹੀਂ 5 ਰੁਪਏ ਯੂਨਿਟ ਬਿਜਲੀ ਦਿੱਤੀ? ਦੇਖੋ ਜੀ, ਯਾਨੀ ਮਤਲਬ ਅੱਜ ਤੱਕ ਯਾਨੀ ਜਿਹੜੀ ਵੀ ਪੰਜਾਬ 'ਚ ਸਰਕਾਰ ਆਈ ਕਿਸੇ ਨੇ ਵੀ ਪੰਜਾਬ ਦਾ ਨਹੀਂ ਸੋਚਿਆ ਜੀ। ਅੱਜ ਪੰਜਾਬ 27ਵੇਂ 28ਵੇਂ ਨੰਬਰ 'ਤੇ ਹੋ ਗਿਆ। ਸਭ ਤੋਂ ਵੱਡਾ ਸੂਬਾ ਪੰਜਾਬ ਦੇ ਵਿੱਚ ਲੁਧਿਆਣਾ ਜੀ, ਸਭ ਤੋਂ ਜ਼ਿਆਦਾ ਆਬਾਦੀ ਵੀ ਲੁਧਿਆਣੇ 'ਚ ਹੈ। ਹਮੇਸ਼ਾ ਹਰ ਸਰਕਾਰ ਇਹੀ ਕਹਿੰਦੀ ਆਈ ਅੱਜ ਤੱਕ, ਮੈਟਰੋ ਲਿਆਵਾਂਗੇ। ਅੱਜ ਦੁੱਧ ਦੀ ਦੁਕਾਨਾਂ ਦੂਰ ਆ ਅਤੇ ਠੇਕੇ ਘਰ ਘਰ ਖੋਲ੍ਹਤੇ ਆ। ਇੱਕ ਵਾਰਡ ਦੇ ਵਿੱਚ 16-16 ਠੇਕੇ ਖੁੱਲ੍ਹੇ ਹੋਏ ਆ ਜੀ। ਕਿਸੇ ਨੇ ਵੀ ਖਾਸ ਕੰਮ ਨਹੀਂ ਕੀਤੇ? ਹੋਰ ਵੀ ਲੋਕ ਹੈਗੇ ਨੇ ਉਹਨਾਂ ਸਰ ਖਾਸ ਕੰਮ ਨਹੀਂ ਕੀਤੇ? ਖਾਸ ਕੰਮ ਤਾਂ ਸਾਰੀ ਦੁਨੀਆ ਨੂੰ ਦੇਖਦੀ ਹੈ, ਜ਼ਾਹਰ ਹੀ ਹੈ। ਜੱਗ ਦੇ 1000 ਰੁਪਇਆ ਬੀਬੀਆਂ ਨੂੰ ਦੇਣ ਦਾ ਵਾਅਦਾ ਕੀਤਾ ਸੀ, ਉਹ ਨਹੀਂ ਦਿੱਤਾ ਗਿਆ। ਬਿਜਲੀ ਦਾ ਯੂਨਿਟ ਤਾਂ ਸਾਡੇ 400 ਯੂਨਿਟ ਸਾਡੇ ਪਰਿਵਾਰਾਂ ਨੂੰ ਮਿਲਦੇ ਸੀਗੇ ਪਹਿਲਾਂ ਵੀ। ਇਹ ਕੋਈ ਵੱਡੇ ਇਸ਼ੂ ਨਹੀਂ ਹੈ, ਹੋਰ ਬਹੁਤ ਵੱਡੇ ਇਸ਼ੂ ਹੈ ਜਿਹੜੇ ਉਜਾਗਰ ਹੀ ਨਹੀਂ ਕਰਨਾ ਚਾਹੁੰਦੇ। ਹੋਰ ਕਿਹੜੇ ਇਸ਼ੂ ਹੈਗੇ ਸਰ? ਸਾਰੀਆਂ ਪਾਰਟੀਆਂ ਦੀ ਅਸੀਂ ਡਿਬੇਟ ਸੁਣੀ, ਕਿਸੇ ਵੀ ਪਾਰਟੀ ਨੂੰ ਇਹ ਡਿਬੇਟ ਨਹੀਂ ਹੈ ਕਿ ਲੁਧਿਆਣਾ ਇੱਕ ਮਾਨਚੈਸਟਰ ਹੈ ਹਿੰਦੁਸਤਾਨ ਦਾ, ਇਸ ਲਈ ਉੱਨਤੀ ਨੂੰ ਕਿੱਦਾਂ ਲਿਆਇਆ ਜਾਵੇ? ਸਾਡੀ ਇੰਡਸਟਰੀ ਦਿਨ ਬ ਦਿਨ ਡਾਊਨ ਹੋ ਰਹੀ ਹੈ। ਇੱਥੇ ਛੋਟੇ ਉਦਯੋਗ ਹੈ, ਵੱਡੇ ਉਦਯੋਗ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ ਕਿਸੇ ਵੀ ਸਰਕਾਰ ਦੀ। ਇੱਥੇ ਮੈਂ ਸਾਰਿਆਂ ਨੂੰ ਡਿਬੇਟ ਸੁਣ ਰਿਹਾ, ਚਾਹੇ ਚਾਰੇ ਪਾਰਟੀਆਂ ਦੀ, ਸਾਨੂੰ ਉਹ ਪਾਰਟੀ ਦਾ ਇੱਥੇ ਐਮ ਪੀ ਚਾਹੀਦਾ ਜਿਹੜਾ ਲੁਧਿਆਣੇ ਨੂੰ ਸਰ ਉੱਚਾ ਚੱਕ ਸਕੇ। ਛੋਟੇ ਛੋਟੇ ਉਦਯੋਗ ਆ ਜਿਹੜੇ ਇੱਕ ਘਰ ਦੇ ਵਿੱਚ ਫੈਕਟਰੀਆਂ ਲੱਗੀਆਂ ਹੋਈਆਂ, ਉਹ ਫੈਕਟਰੀਆਂ ਨੂੰ ਵੱਡੀਆਂ ਫੈਕਟਰੀਆਂ ਕਿੱਦਾਂ ਬਣਾਇਆ ਜਾ ਸਕੇ, ਉੱਦਾਂ ਦੀ ਯੋਜਨਾਵਾਂ ਚਾਹੀਦੀਆਂ। ਉਹ ਐਮ ਪੀ ਹੋਵੇ ਜਿਹੜਾ ਸਾਡੀ ਸਮਾਜ ਲੁਧਿਆਣੇ ਦੀ ਆਵਾਜ਼ ਸੰਸਦ ਚੱਕ ਸਕੇ ਔਰ ਆਪਣੇ ਹੱਕ ਲੈ ਸਕੇ। ਲੁਧਿਆਣਾ ਇੰਡਸਟਰੀ ਦੇ ਉੱਤੇ ਚੱਲਦਾ ਵੈ ਔਰ ਇੰਡਸਟਰੀ ਦੇ ਉੱਤੇ ਜੇਕਰ ਕੋਈ ਨੁਮਾਇੰਦਾ ਗੱਲ ਕਰਦਾ ਵੈ ਔਰ ਇੰਡਸਟਰੀ ਨੂੰ ਬੜਾਵਾ ਦਿੰਦਾ ਵੈ ਤਾਂ ਹੀ ਕਿਤੇ ਨਾ ਕਿਤੇ ਲੁਧਿਆਣਾ ਤਰੱਕੀ ਦੀ ਰਾਹ 'ਤੇ ਚੱਲ ਸਕਦਾ ਵੈ। ਔਰ ਇਸ ਚੀਜ਼ ਨੂੰ ਲੈ ਕੇ ਹੀ ਕਿਤੇ ਨਾ ਕਿਤੇ ਜਿਹੜੇ ਲੁਧਿਆਣਾ ਵਾਸੀ ਹੈਗੇ ਨੇ ਇਸ ਵਾਰ ਦੀ ਵੋਟ ਨੂੰ ਆਪਣਾ ਹਥਿਆਰ ਬਣਾ ਕੇ ਚਲਾਉਣਗੇ। ਦੇਖਣਾ ਇਹ ਹੋਵੇਗਾ ਕਿ ਹੁਣ 1 ਜੂਨ ਤੋਂ ਬਾਅਦ ਵੋਟਰ ਕਿਸ ਨੂੰ ਵੋਟ ਪਾਉਂਦਾ ਵੈ ਔਰ 4 ਜੂਨ ਤੋਂ ਬਾਅਦ ਉਸਦੇ ਨਤੀਜੇ ਨਿਕਲ ਕੇ ਕੀ ਆਉਂਦੇ ਨੇ। ਲੁਧਿਆਣਾ ਤੋਂ ਰੋਹਿਤ ਗੋਡ, ਨਿਊਜ਼ 18।